ਪੰਜਾਬੀ ਰੇਡੀਓ ਲਓ ਸਭ ਤੋਂ ਮੋਹਰੀ ਲੱਗਾ ਹੈ ਮਲਕ ਆਮਰ ਕਾਕਾ ਜੱਟ ਔਰ ਉਸ ਵਿੱਚ ਸੁਨੈਣ ਮੰਨਾ ਲਓ ਅਲੀਮ ਟੋਕਾ ਔਰ ਸਾਰਾ ਘੋੜਾ ਪਾਕਿਸਤਾਨ ਆਰਮੀ ਦਾ ਟੈਂਕਰ ਸਲਮਾਨ ਕਸਾਈ ਔਰ ਜਵੇਦ ਕਾਲਾ ਨਮਾਨ ਬੱਟ ਉਸਤਾਦ ਰੀਸ ਬੱਟ ਦਾ ਸਭ ਜ਼ਿਆਦਾ ਲਓ ਟੀਮ ਬਰਿਆੜ ਕਬੱਡੀ ਕਲੱਬ ਦੀ ਗਰਾਊਂਡ ਵਿੱਚ ਪੁੱਜ ਗਈ ਹੈ ਔਰ ਆ ਗਿਆ ਸਾਡੇ ਲਹਿੰਦੇ ਪੰਜਾਬ ਦੇ ਵਿੱਚ ਜਿਹੜਾ ਮੁੰਡਾ ਸੁਲਤਾਨ ਦੇ ਨਾਂ ਤੋਂ ਜਾਣਿਆ ਜਾਂਦਾ ਹੈ ਲਓ ਸੱਜੂ ਸਪਰਾ ਵੀ ਪੁੱਜ ਗਿਆ ਔਰ ਅਲੀ ਪਰੋਇਆ ਦੋਨੋਂ ਪਾਸੇ ਟੀਮਾਂ ਐਨ ਚੋਟੀ ਦੀਆਂ ਜੁੜੀਆਂ ਹੋਈਆਂ ਨੇ ਔਰ ਐਨ ਬੱਲੇ ਬੱਲੇ ਵਾਲਾ ਮਾਹੌਲ ਹੋਏਗਾ ਔਰ ਮਿਹਰਬਾਨੀ ਕਰਕੇ ਇੱਕ ਇੱਕ ਕੋਚ ਹੋਏਗਾ ਗਰਾਊਂਡ ਦੇ ਵਿੱਚ ਔਰ ਬਾਕੀ ਜਿਹੜੇ ਫਾਲਤੂ ਬੰਦੇ ਜ਼ਰੂਰ ਗਰਾਊਂਡ ਦੇ ਵਿੱਚ ਬਾਹਰ ਹੋ ਜਾਣ ਕਿ ਗਾਉਣ ਵਾਲੇ ਦੀ ਹਿੱਕ ਵਿੱਚ ਜ਼ੋਰ ਹੈ ਨਹੀਂ ਇਕੱਲੇ ਸਾਜ਼ ਵਜਾਉਣ ਦਾ ਕੀ ਫਾਇਦਾ ਔਰ ਇਰਫਾਨ ਫੌਜੀ ਵਰਗੇ ਬੰਦੇ ਪਰਮੰਦੇ ਕਬੱਡੀ ਖਿਡਾਰੀ ਲਓ ਸ਼ਾਨਦਾਰ ਸੈੱਟ ਬਣਾਇਆ ਹੋਇਆ ਰਣਾ ਕਾਮਰਾਨ ਕਾਮੀ ਲਓ ਵੱਡਾ ਹੀ ਨਿਸ਼ਾਨਾ ਨਜ਼ਾਰਾ ਹੋਏਗਾ ਖੇਡ ਕਬੱਡੀ ਦਾ ਔਰ ਅੱਜ ਇਸ ਧਰਤੀ ਭਾਗਾਂ ਵਾਲੀ ਧਰਤੀ ਤੇ ਜੋ ਸ਼ਾਨਦਾਰ ਕਬੱਡੀ ਕੱਪ ਹੋ ਰਿਹਾ ਹੈ ਕਿ ਅੱਜ ਗਿਧਰੂ ਦੇਸ ਪੰਜਾਬ ਦੇ ਆਪਣੇ ਜੁੱਸੇ ਛੱਡ ਕੇ ਕਿ ਮਾਮਾ ਪੁੱਤ ਜਵਾਨ ਨੇ ਕੀਤੇ ਸੌ ਸੌ ਸਦਕੇ ਵੰਡ ਕੇ ਕਿਤੇ ਵੱਧ ਵੱਧ ਕੇ ਰੇਤਾ ਪਾਵਣ ਕਿਤੇ ਵੱਧ ਵੱਧ ਕੇ ਜੱਥੇ ਮਾਰਨ ਬੰਦਾ ਮਾਰਨ ਸਿਰ ਤੋਂ ਕੱਢ ਕੇ ਬੰਦਾ ਮਾਰਨ ਸਿਰ ਤੋਂ ਕੱਢ ਕੇ ਲਓ ਹਰੀਪੁਰ ਦੀ ਟੀਮ ਗਰਾਊਂਡ ਵਿੱਚ ਪੁੱਜ ਗਈ ਹੈ ਔਰ ਮਾਨ ਸਈਦ ਦੀ ਟੀਮ ਲੈ ਕੇ ਜ਼ਰੂਰ ਆ ਜਾਓ ਗਰਾਊਂਡ ਦੇ ਵਿੱਚ ਮਾਨ ਸਈਦ ਸਾਹਿਬ ਟੀਮ ਲੈ ਕੇ ਜ਼ਰੂਰ ਗਰਾਊਂਡ ਦੇ ਵਿੱਚ ਆ ਜਾਓ ਮਿਹਰਬਾਨੀ ਕਰਕੇ ਔਰ ਗੋਲਡ ਕਬੱਡੀ ਸੈਦੋ ਸ਼ਾਹ ਸਾਡਾ ਭਰਾ ਜੋ ਲਾਈਫ ਇਨਸ਼ਾਲਾ ਇੱਕ ਇੱਕ ਰੇਹ ਦੇ ਇੱਕ ਜੱਫਾ ਕੈਮਰਾ ਦੀ ਅੱਖ ਦੇ ਵਿੱਚ ਕੈਦ ਹੋਏਗਾ ਔਰ ਸ਼ਾਨਦਾਰ ਨਜ਼ਾਰਾ ਹੋਏਗਾ ਖੇਡ ਕਬੱਡੀ ਦਾ ਲਓ ਥੋੜੇ ਸਮਿਆਂ ਤੋਂ ਬਾਅਦ ਕਬੱਡੀ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਢੋਲ ਲੈ ਕੇ ਬਾਹਰ ਆ ਜਾ
ਮਿੱਟੀ ਚੁੱਕੀ ਗਈ ਜਾਫੀ ਨੇ, ਨੰਬਰ ਹੋ ਗਿਆ 6 ਜੀ ਰੰਧਾਵੇ ਦਾ, ਨੰਬਰ ਹੋ ਗਿਆ ਹਰੀਪੁਰ ਦਾ, ਨੰਬਰ ਹੋ ਗਿਆ ਹਰੀਪੁਰ ਦਾ। ਆ ਗਿਆ ਮੁੰਡਾ ਸੱਜੂ ਸਪਰਾ ਕਹਿੰਦੇ ਆ, ਖੁੱਲੀ ਕਬੱਡੀ 'ਚ ਬੜਾ ਵੱਡਾ ਨਾਮ ਆ ਮੁੰਡੇ ਦਾ, ਪਾਕਿਸਤਾਨ ਆਰਮੀ ਵਾਲਾ। ਇੱਕ ਕੰਨੀ 'ਤੇ ਆ ਗਿਆ ਰਾਣਾ ਕਾਮਰਾਨ ਕਾਮੀ ਮੀਏ ਸ਼ਾਹ ਨੌਬ ਜਾਜਾ ਵਾਲੇ ਦਾ ਮੁੰਡਾ ਸ਼ਗਿਰਦਾ, ਦੂਸਰੀ ਕੰਨੀ 'ਤੇ ਭਾਈ ਨਵਾਜ਼ ਕਸਾਈ ਜੀ ਤੁਹਾਡਾ ਫੇਵਰੇਟ ਖੜਾ, ਫਜ਼ਲ ਰਸੂਲ ਅਤੇ ਗੋਗਾ ਗੁੱਜਰ, ਫਜ਼ਲ ਰਸੂਲ ਫੁੱਲਰਵਾਲ, ਫੁੱਲਰਵਾਲ ਅਤੇ ਸੱਜੂ ਸਪਰਾ, ਫੁੱਲਰਵਾਲ ਅਤੇ ਸੱਜੂ ਸਪਰਾ। ਅੱਜ ਡੱਕ ਲਈਏ ਤੇਰੀ ਅਸੀਂ ਰਾਹ ਸੱਜਣਾ, ਅਸੀਂ ਡੱਕ ਕੇ ਵਿਖਾ ਦਿੰਦੇ ਸਾਹ ਸੱਜਣਾ, ਰਾਹ ਡੰਗੀ ਨਹੀਂ ਗਈ। ਨੰਬਰ ਹੋ ਗਿਆ ਨਵੇਂ ਲਾਹੌਰ ਦਾ, ਨੰਬਰ ਹੋ ਗਿਆ ਸੱਜੂ ਸਪਰਾ ਦਾ। ਲੋਧਰਲੇ ਪਾਸੇ ਰਾਣੇ ਨਮਾਨ ਦੀ ਕਬੱਡੀ, ਪਰ ਸਾਹਮਣੇ ਹਸਨੈਨ ਡੱਕ ਲੈਣ ਦੀ ਕਰਦਾ ਹੋਇਆ ਟਰਾਈ, ਲੋ ਪੁਆਇੰਟ ਰੇਡਰ ਦੇ ਖਾਤੇ ਜੁੜਦਾ ਹੋਇਆ। ਔਰ ਮੀਆਂ ਆਬਦ ਸਾਹਿਬ ਏਮਰਾਬਾਦ ਬਰਫੀ ਵਾਲੇ, ਉਹਨਾਂ ਦਾ ਵੀ ਦਿਲੋਂ ਧੰਨਵਾਦ ਹੈ ਜਨਾਬ ਸਾਡੇ ਸਟੇਜ ਦੀ ਜ਼ੀਨਤ ਨੇ, ਕਿ ਜੇ ਤੂੰ ਅੱਗ ਲਾਉਣੀ ਧੁੱਪ ਵਰਗੀ ਤੇ ਸਾਨੂੰ ਯਾਰੀਆਂ ਦੀ ਸ਼ਾਨ ਨਖਰੋ, ਔਰ ਤੇਰੀ ਕੱਲੀ ਰੇਲ ਚੱਲਦੀ ਸਾਡਾ ਚੱਲਦਾ ਇਨਾਮ ਨਖਰੋ, ਸਾਡਾ ਚੱਲਦਾ ਇਨਾਮ ਨਖਰੋ। ਅਗਲੀ ਰੇਲ ਆਓ ਸਾਦਾ ਘੋੜਾ, ਲੋ ਬਾਹਰ ਸਹੀ ਤਾਂ ਸ਼ਗਿਰ ਦੇ, ਪਰ ਸਾਹਮਣੇ ਆਓ ਕੈਮਰਾ ਨਿਕਾਲੀ ਕਰਦਾ ਹੋਇਆ ਭਾਈ, ਕਿ ਪਾਸੇ ਹੱਟ ਕੇ ਬਹਿ ਜਾਣੀ ਸ਼ੇਰਾਂ ਦਾ। ਆ ਗਿਆ ਜਵੇਦ ਕਾਲਾ, ਚੱਲ ਵੀ ਜਵੇਦ ਕਾਲਿਆ, ਮੇਰਾ ਕਾਲਾ ਸ਼ਾਹ ਕਾਲਾ, ਮੇਰਾ ਕਾਲਾ ਹੈ ਦਿਲਦਾਰ, ਨਹੀਂ ਗੋਰਿਆਂ ਨੂੰ ਪਰਾਂ ਕਰੋ, ਇਹਨੂੰ ਕਹਿੰਦੇ ਜੂਨੇ ਗੁੱਜਰ ਦਾ ਪੁੱਤ। ਆ ਭਾਈ ਨਵਾਜ਼ ਕਸਾਈ ਕਿੱਥੇ ਆ, ਆ ਗੋਗਿਆ ਗੁਜਰਾ ਮੀਏ ਜ਼ਬੈਰ ਵੱਲੋਂ ਤੇਰੇ ਵਾਸਤੇ 500 ਰੁਪਈਆ, ਆ ਮੀਏ ਸਾਡੇ ਸ਼ਹਿਜ਼ਾਦੇ ਵੀਰ ਵੱਲੋਂ, ਮੀਏ ਖੁਰਸ਼ੀਦ ਵੱਲੋਂ ਵੀ ਤੇਰੇ ਵਾਸਤੇ 500 ਰੁਪਈਆ, ਸਾਡੇ ਬਾਪ ਦਾ ਵਾਲੇ ਪ੍ਰਿੰਸ ਵੱਲੋਂ ਵੀ 500 ਰੁਪਈਆ, ਇਹ ਪੈਸੇ ਮੇਰੇ ਕੋਲ ਪੜ ਕੇ ਟੈਨਸ਼ਨ ਨਹੀਂ ਲੈਣੀ। ਆ ਗਿਆ ਰਾਣਾ ਨਮਾਨ ਸਫਦਰ, ਪਾਕਿਸਤਾਨ ਆਰਮੀ ਵਾਲਾ, ਰਾਜਪੂਤਾਂ ਦਾ ਪੁੱਤ, ਰਾਣੇ ਸਫਦਰ ਦਾ ਪੁੱਤ, ਦੇਹਰਾ ਸਫਦਰ ਦੀਆਂ ਜਾਣੀਆਂ, ਹਾਫਿਜ਼ ਰਜ਼ਵਾਨ ਤਾਰੀ ਕਿੱਥੇ ਆ। ਆ ਗਿਆ ਜੀ ਤੇਰੇ ਪਿੰਡ ਦਾ ਸ਼ੇਰ ਪੁੱਤ, ਨੰਬਰ ਹੋ ਗਿਆ ਰਾਣੇ ਨਮਾਨ ਸਫਦਰ ਦਾ। ਤੁਸੀਂ ਸੋਹਣੇ ਸੁਭਾਅ ਦੀ ਮਾਂ ਵਰਗੇ, ਸਾਡੇ ਪਿੰਡ ਨੂੰ ਜਾਂਦੇ ਰਾਹ ਵਰਗੇ, ਆਬਦ ਮਹਿਰ ਜੀ ਕਬੱਡੀ ਵੇਖਣੀ ਆ ਤੁਸੀਂ ਸੱਜੂ ਸਪਰਾ ਦੀ। ਲੋਧਰਲੇ ਪਾਸੇ ਸਪਰਾਵਾਂ ਦਾ ਪੁੱਤ ਕਬੱਡੀ ਪਾ ਰਿਹਾ ਹੈ, ਲੋ ਸੱਜੂ ਸਪਰਾ ਦੀ ਰੇਸ, ਪਰ ਸਾਹਮਣੇ ਚਾਰੋ ਜਾਫੀ ਤਿਆਰ, ਲੋ ਚਹਿਤ ਵਿੱਚੋਂ ਕਿਤੇ ਨਾ ਹੁੰਦੀ ਟੱਕਰ, ਔਰ ਦੇਖਣਾ ਪੈਣਾ ਪ੍ਰੋਫੈਸਰ ਸ਼ਨਾਵਰ ਸਾਹਿਬ ਦੀ ਕਿਸਮਤ ਸੀਗੀ, ਪਰ ਮੁੰਡਾ ਸਾਹਮਣੇ ਲੋ ਡੱਕ ਲੈਣ ਵੀ ਕਰਦਾ ਹੋਇਆ ਭਾਈ, ਕਿ ਮੋਹਰੇ ਖੜ ਕੇ ਹੌਸਲਾ ਕਰਕੇ, ਔਰ ਪੁੱਤਰਿਆ ਸਾਧ ਸਿੰਘਾਂ ਤੋਂ ਫੜ ਕੇ, ਔਰ ਠਿੱਬੀ ਲਾ ਕੇ ਕਿਸੇ ਕਿਸੇ ਨੂੰ ਬਾਲੇ, ਆਉਂਦਾ ਡੇਗਣ ਵਾ ਰਾਜੇ ਖੇਲੇ ਅੜ ਬੁੱਕੀਆਂ ਤੇ, ਜੋ ਜਿਗਰ ਰੱਖਦੇ ਕਿਉਂਕਿ ਖੇਡਣ ਦਾ ਡੁਗਲੀ ਰੇਤ, ਔਰ ਸ਼ੇਜੀ ਰੰਧਾਵੇ ਦੀ, ਆ ਮੁੰਡਾ ਜੱਟ ਪਰਿਵਾਰ ਦਾ ਜੋ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ, ਪਰ ਸਾਹਮਣੇ ਉਹ ਚਾਰਾਂ ਦੇ ਵਿੱਚੋਂ ਕਿਤੇ ਹੁੰਦੀ ਟੱਕਰ, ਲੋ ਇੱਕ ਪਾਸੇ ਕਾਕਾ ਜੱਟ, ਲੋ ਕਾਕਾ ਜੱਟ ਦਾ ਕਲੀਅਰ ਵੀ ਕਰਦਾ ਹੋਇਆ ਭਾਈ, ਔਰ ਮੀਆਂ ਆਮਦ ਸਾਹਿਬ ਏਮਨਾਬਾਦ ਸ਼ਰੀਫ ਵਾਲੇ ਜੋ ਨਜ਼ਾਰੇ ਤੱਕ ਰਹੇ ਹੈ, ਉਹ ਜਨਾਬ ਆਪਣੀ ਸਾਰੀ ਸੰਗਤ ਦੇ ਨਾਲ ਸਾਡੇ ਸਟੇਜ 'ਤੇ ਪੁੱਜੇ ਹੋਏ ਆ, ਸੋ ਬਹੁਤ ਜ਼ਿਆਦਾ ਥੈਂਕ ਯੂ, ਵੱਡਾ ਧੰਨਵਾਦ ਹੈ, ਮੇਰੇ ਵਾਸਤੇ ਮਾਣ ਭੇਜਿਆ, ਸੇਵਾ ਭੇਜੀ ਹੈ, ਬਹੁਤ ਜ਼ਿਆਦਾ ਥੈਂਕ ਯੂ। ਸ਼ਾਹ ਦਾ ਘੋੜਾ ਕਬੱਡੀ 'ਤੇ ਆ ਗਿਆ ਸ਼ਾਹ ਦਾ ਘੋੜਾ, ਚੌਧਰੀ ਸਨੀਕ ਪ੍ਰਿੰਸ ਵਾਪਟਾ।
ਨੰਬਰ ਹੋ ਗਿਆ ਜੀ ਹਰੀਪੁਰ ਦਾ, ਨੰਬਰ ਹੋ ਗਿਆ ਹਰੀਪੁਰ ਦਾ ਸਾਡੇ ਸ਼ਹਿਜ਼ਾਦਾ ਵੀਰ। ਅੱਲਾ ਪਾਕ ਸਿਹਤ ਦੇਵੇ, ਜ਼ਿੰਦਗੀ ਦੇਵੇ, ਤੰਦਰੁਸਤੀ ਦੇਵੇ। ਫੈਸਲ ਸ਼ਰੀਫ ਵੱਟੂ, ਚੱਕ ਵੱਟੂਆਂ ਵਾਲਾ, ਅੱਲਾ ਪਾਕ ਸਾਡੇ ਸ਼ਹਿਜ਼ਾਦੇ ਵੀਰ ਨੂੰ ਛੇਤੀ ਤੋਂ ਛੇਤੀ ਸਿਹਤ ਯਾਬ ਕਰੇ। ਸਾਡੇ ਵੀਰ ਦੀਆਂ ਅਚਾਨਕ ਹੀ ਅੱਖਾਂ ਚਲੀਆਂ ਗਈਆਂ, ਅੱਲਾ ਪਾਕ ਛੇਤੀ ਤੋਂ ਛੇਤੀ ਸਿਹਤ ਯਾਬ ਕਰੇ। ਹੱਸਾ ਗੁੱਜਰ, ਅੱਜ ਉਹਨੇ ਗੁੱਜਰ ਦੀ ਤੇਜ਼ ਗੱਡੀ, ਅਲੀ ਗੁੱਜਰ ਦਾ ਵੀਰ ਨੰਬਰ ਹੋ ਗਿਆ ਹੱਸੇ ਗੁੱਜਰ ਦਾ। ਚੌਰੀ ਗਜ਼ਲਫਰ ਸੰਧੂ ਚੇਅਰਮੈਨ ਨਨਕਾਣਾ ਸਾਹਿਬ, ਰਾਣਾ ਅਬੂ ਹਰੈਰਾ, ਰਾਣੇ ਸ਼ਤੂਰ ਚੱਕ ਨੌਦੇ ਵਾਲੇ, ਰਾਣਾ ਅਬੂ ਹਰੈਰਾ ਸਾਹਿਬ, ਰਾਣੇ ਸ਼ਤੂਰ ਚੱਕ ਨੌਦੇ ਵਾਲੇ ਦਾ ਸ਼ਹਿਜ਼ਾਦਾ ਪੁੱਤ, ਮੁਹੱਬਤਾਂ ਦਾ ਸ਼ੁਕਰੀਆ। ਆ ਗਿਆ ਕਬੱਡੀ ਪਾਉਣ ਵਾਸਤੇ ਸੱਜੂ ਸਪਰਾ, ਰਾਣਾ ਕਾਮਰਾਨ, ਗੋਗਾ ਗੁੱਜਰ, ਗੋਗਾ ਗੁੱਜਰ, ਗੁੱਜਰ 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 ਤੇ ਸਪਰਾ, ਨੰਬਰ ਹੋ ਗਿਆ ਜੀ ਸੱਜੂ ਦਾ। ਹਾਂਜੀ ਲਓ ਪੁਆਇੰਟ, ਸੱਜੂ ਸਪਰਾ ਆਪਣੀ ਟੀਮ ਦੇ ਖਾਤੇ ਜੋੜਦਾ ਹੋਇਆ ਪਰ ਅਗਲੀ ਰੇਡ ਪਾਉਣ ਵਾਸਤੇ। ਆ ਮੁੰਡਾ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਕੇਵਲ ਬਣ ਚੁੱਕਾ ਹੈ ਪਰ ਸਭ ਨੇ ਧਿਆਨੋ ਜਾਫੀ ਤਿਆਰ। ਮੀਆਂ ਅਨਸ ਕਬੱਡੀ ਪਾਉਂਦਾ ਹੋਇਆ ਪਰ ਸਭ ਨੇ ਟੱਕਰ ਹੋ ਗਈ ਅਲੀ ਪ੍ਰੋਏ ਦੇ ਨਾਲ। ਲਓ ਅਲੀ ਪ੍ਰੋਏ ਟੱਕਰ ਵੀ ਕਰਦਾ ਹੈ ਤਾਈ ਔਰ ਕਾਹੋ ਪਿੱਕੇ YouTube ਚੈਨਲ ਦੇ ਉੱਤੇ ਲਾਈਵ ਕਰਦਾ ਹੋਇਆ ਮੈਂ ਜਿਹਨਾਂ ਲਾਈਆਂ ਮਿਹਨਤਾਂ ਉੱਠ ਕੇ ਪਰ ਧੰਨ ਜੋਰ ਜਵਾਨਾਂ ਵਾ ਜੋ ਲੈ ਆਪਣੀ ਟੀਮ ਦੇ ਖਾਤੇ। ਲਓ ਸ਼ਾਨਦਾਰ ਅੱਗ ਦਾ ਵਾਅਦਾ ਕਰਦਾ ਹੋਇਆ ਅਗਲੀ ਰੇਤ ਜਵੇਦ ਕਾਲਾ। ਲਓ ਕਾਲਾ ਕਬੱਡੀ ਪਾਉਣ ਵਾਸਤੇ ਕੇਵਲ ਵੱਧ ਚੁੱਕਾ ਹੈ ਪਰ ਸਾਹਮਣੇ ਔਰ ਰਜਬੂਤ ਕਰਦਾ ਹੋਇਆ ਟਰਾਈ। ਲਓ ਪੁਆਇੰਟ ਮੁਹੱਬਤਾਂ ਦਾ ਸ਼ੁਕਰੀਆ। ਚੱਲ ਵੀ ਕਬੱਡੀ ਪਾਉਣ ਵਾਸਤੇ ਰਾਣਾ ਨਮਾਨ ਸਭ ਦਾ ਹੈ। ਚੱਲ ਵੀ ਰਾਜਪੂਤਾ ਪਾ ਹਜ਼ਾਰਾਂ ਕਬੱਡੀ, ਰਾਣੇ ਨਮਾਨ ਸਭ ਤੋਂ ਲੱਗ ਗਿਆ। ਛੱਡੋ ਜੀ ਛੱਡੋ, ਨੰਬਰ ਹੋ ਗਿਆ ਰਾਣੇ ਨਮਾਨ ਦਾ। ਰਾਣਾ ਇੱਧਰ ਆ ਜਰਾ, ਇੱਧਰ ਆ ਪੁੱਤਰਾ ਮੀਏ ਜ਼ਬੈਰ ਵੱਲੋਂ ਤੇਰੇ ਵਾਸਤੇ 500 ਰੁਪਈਆ। ਆ ਜਾ ਜਰਾ ਕਿੜੀ ਭੇਡ ਵਾਲੇ ਸ਼ਹਿਜ਼ਾਦੇ ਸਾਡੇ ਪ੍ਰਮੋਟਰ ਵੱਲੋਂ ਤੇਰੇ ਵਾਸਤੇ 500 ਰੁਪਈਆ। ਮੀ ਰਾਣਾ ਨਮਾਨ ਸਫਦਰ, ਰਾਣੇ ਸਫਦਰ ਦਾ ਪੁੱਤ ਹੈ। ਆ ਗਿਆ ਸੱਜੂ ਸਪਰਾ, ਸੱਜੂ ਸਪਰਾ ਔਰੇ ਵਰ ਉਰੀਆ ਲੋਦਰਲੇ ਪਾਸੇ ਰੇਡ ਆਉ। ਸੱਜੂ ਸਪਰਾ ਕਬੱਡੀ ਪਾਉਂਦਾ ਹੈ ਪਰ ਸਾਹਮਣੇ ਚਾਰੋ ਜਾਫੀ ਤਿਆਰ ਕਿ ਜੋ ਨਹੀਂ ਹੱਥਾਂ ਦੀਆਂ ਲਕੀਰਾਂ ਤੇ ਆਉ ਤੈ ਹੁਣਾਂ ਵਿੱਚ ਤਕਦੀਰਾਂ ਦੇ ਤੇ ਮਿਹਨਤ ਮੋਰੇ ਹੋ ਕੇ ਬੋਲੂਗੀ ਇੱਥੇ ਨੀਂਦਾਂ ਨੂੰ ਮਿਹਨੇ ਭੱਜਣਗੇ। ਆਉ ਕਈਆਂ ਲਈ ਖੋਟੇ ਸਿੱਕੇ ਸੀ ਹੁਣ ਪੱਤਲ ਬਣ ਬਣ ਖਿੱਚਾਂਗੇ। ਆਉ ਕਈਆਂ ਲਈ ਖੋਟੇ ਸਿੱਕੇ ਸੀ ਹੁਣ ਪੱਤਲ ਬਣ ਬਣ ਖਿੱਚਾਂਗੇ। ਲਓ ਸੱਜੂ ਸਪਰਾ ਪੁਆਇੰਟ ਜੋੜਦਾ ਹੋਇਆ ਆਪਣੀ ਟੀਮ ਦੇ ਖਾਤੇ। ਲਓ ਸ਼ਾਨਦਾਰ ਅੱਗ ਦਾ ਵਾਅਦਾ ਕਰਦਾ ਹੋਇਆ ਅਗਲੀ ਰੇਸ। ਲਓ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਮੁੰਡਾ ਕਬੱਡੀ ਪਾਉਣ ਵਾਸਤੇ ਲੋਕ ਅੱਗੇ ਵੱਲ ਵੱਧ ਚੁੱਕਾ ਹੈ ਪਰ ਸਾਹਮਣੇ
ਸੁਨੀਰ ਵਾਲੇ ਇਹ 8-16 ਦਾ ਮੈਚ ਚੱਲਦਾ ਹੋਇਆ ਪਹਿਲੇ ਵਾਟਰ ਬ੍ਰੇਕ ਤੇ 8-16 ਦਾ ਮੈਚ ਹੈ ਆ ਗਿਆ ਕਬੱਡੀ ਪਾਉਣ ਵਾਸਤੇ ਜਵੇਦ ਕਾਲਾ ਰਾਜਾ ਸ਼ਮਾਨ ਸੌਦੀਅਰ ਵਾਲੇ ਲਾਈਵ ਜੁੜੇ ਆ ਨੰਬਰ ਹੋ ਗਿਆ ਹਰ ਰਾਣੇ ਕਾਮਰਾਨ ਦਾ ਕੰਮ ਹੀ ਇੱਧਰ ਆ ਪੁੱਤੇ ਮੀਆਂ ਜ਼ਬੈਰ ਸਾਹਿਬ ਭਾਈ ਨਵਾਜ਼ ਕਸਾਈ ਵੱਲੋਂ ਤੇਰੇ ਵਾਸਤੇ 500 ਰੁਪਈਆ ਇੱਧਰ ਆ ਜਰਾ ਪੁੱਤਰਾ ਮੀਆਂ ਜ਼ਬੈਰ ਸਾਹਿਬ ਆ ਕਿਹੜੀ ਭੇਟ ਉਹਨਾਂ ਨੂੰ ਤੇਰੇ ਵਾਸਤੇ ਮੇਰੇ ਕੋ ਵੀ ਲੈਣਾ ਇਹ ਮੀਆਂ ਕੋਈ ਨੀ ਇਹ ਮੀਆਂ ਸਾਹਿਬ ਦੇ ਹੀ ਆ ਤੇ ਭਾਈ ਨਵਾਜ਼ ਦੇ ਹੀ ਆ ਟੈਨਸ਼ਨ ਨਹੀਂ ਲੈਣੀ ਗੋਗਿਆ ਗੁਜਰਾ ਜਿੰਨੇ ਜੱਥੇ ਕਰਨੇ ਨਾ ਚੌਧਰੀ ਅਕਰਮ ਨਾਰਾ ਦੇ ਲਾਲੇ ਸ਼ਬਾਲ ਝੰਡੇ ਵੱਲੋਂ ਮੁਹੱਬਤਾਂ ਤੇਰੇ ਵਾਸਤੇ ਮੇਰੇ ਕੋਲੋਂ ਆ ਕੇ ਲੈ ਲੈਣੀਆਂ ਟੈਨਸ਼ਨ ਨਹੀਂ ਲੈਣੀ ਭਾਈ ਨਵਾਜ਼ ਕਸਾਈ ਵੱਲੋਂ ਮੀਆਂ ਜ਼ਬੈਰ ਕਿਹੜੀ ਭੇਣ ਵਾਲਿਆਂ ਵੱਲੋਂ ਮੁਹੱਬਤ ਹੈ ਤੇ ਸਾਡੀ ਅੱਜ ਦੀ ਇਸ ਪਰਿਆ ਦਾ ਪ੍ਰਧਾਨ ਹੈ ਸਾਡੀ ਅੱਜ ਦੀ ਇਸ ਕਬੱਡੀ ਦੀ ਜੰਜ ਦਾ ਲਾਰਾ ਏਮਨਾਬਾਦ ਬਰਫੀ ਨਾਮ ਹੀ ਕਾਫੀ ਹੈ ਏਮਨਾਬਾਦ ਬਰਫੀ ਵਾਲੇ ਆਬਦ ਮਹਿਰ ਦੀਆਂ ਮੁਹੱਬਤਾਂ ਆ ਗਿਆ ਕਬੱਡੀ ਪਾਉਣ ਵਾਸਤੇ ਨਵੇਂ ਲਾਰ ਦਾ ਸ਼ੇਰ ਗੋਗਾ ਗੁੱਜਰ ਆ ਗੋਗਿਆ ਤੇਰਾ 500 ਰੁਪਈਆ ਮੀਆਂ ਜ਼ਬੈਰ ਸਾਹਿਬ ਵੱਲੋਂ ਆ ਲਾਲੇ ਸ਼ਬਾਦ ਝੰਡੇ ਵੱਲੋਂ ਅਕਰਮ ਨਾਰੇ ਵੱਲੋਂ ਆਏ ਹਾਏ ਸੁਫਨੇ ਅੰਦਰ ਮੈਨੂੰ ਮਾਹੀ ਮਿਲਿਆ ਤੇ ਮੈਂ ਗਲ ਵਿੱਚ ਪਾ ਲਈਆਂ ਬਾਹਾਂ ਡਰਦੀ ਮਾਰੀ ਅੱਖ ਨਾ ਖੋਲਾਂ ਕਿਤੇ ਫੇਰ ਵਿਛੜ ਨਾ ਜਾਵਾਂ ਗੋਗਿਆ ਤੇਰਾ 500 ਮੇਰੇ ਕੋਲ ਆ ਗਈ ਲਾਲੇ ਸ਼ਬਾਦ ਝੰਡੇ ਵੱਲੋਂ ਲਓ ਨਵੀਂ ਜਾਫੀ ਆ ਕੇ ਆਪਣਾ ਨਾਮ ਲੈ ਜਾ ਸਟਾਪਰ ਨੇ ਜਿੰਨੇ ਜੱਫਾ ਕੀਤਾ ਆ ਕੇ ਆਪਣਾ ਨਾਮ ਜ਼ਰੂਰ ਲੈ ਲਵੇ ਡੋਡਰ ਨੇ ਪਾਸੇ ਕਿਹੜੇ ਰੇਦ ਆਓ ਸੇਜੀ ਰੰਧਾਵਾ ਕਬੱਡੀ ਪਾਉਂਦਾ ਹੋਇਆ ਆ ਮੁੰਡਾ ਜੱਟ ਪਰਿਵਾਰ ਦਾ ਕਿ ਠੰਡ ਵਿੱਚ ਹੁੰਦੇ ਨਹੀਂ ਉਹ ਔਲਾਦ ਸੱਡਾ ਵੇ ਪਰ ਪਿੰਡ ਤੋਂ ਕੈਨੇਡਾ ਤੱਕ ਮੋਰਦੇ ਕਾਦ ਜੱਟਾ ਵੇ ਲਓ ਸੇਜੀ ਰੰਧਾਵਾ ਪੁਆਇੰਟ ਜੋੜਦਾ ਹੋਇਆ ਆਪਣੀ ਟੀਮ ਦੇ ਖਾਤੇ ਬਹੁਤ ਸ਼ੁਕਰੀਆ ਸ਼ੇਜ਼ੀ ਦੇ ਆ ਬੱਚਿਆ ਓਏ ਸ਼ੇਜ਼ੀ ਇੱਧਰ ਆ ਗੁਲਾਮ ਨਬੀ ਨਾਰਾ ਸਾਹਿਬ ਵੱਲੋਂ ਤੇਰੇ ਵਾਸਤੇ 1000 ਰੁਪਈਆ ਜਨਾਬ ਦਬੇ ਚ ਸਾਡੇ ਲਾਜਪਾਲ ਕਬੀਰ ਤੇ ਭਾਈ ਸ਼ਹਿਜ਼ਾਦ ਗੁਲਾਮ ਹੁਸੈਨ ਇਹ ਸਾਡੇ ਲਾਜਪਾਲ ਦਬੇ ਦੇ ਵਿੱਚੋਂ ਲਾਈਵ ਜੁੜੇ ਆ ਆ ਜਾ ਤੇਰੇ ਵਾਸਤੇ 1000 ਰੁਪਈਆ ਚੋਰੀ ਗੁਲਾਮ ਨਬੀ ਨਾਰਾ ਸਾਹਿਬ ਵੱਲੋਂ ਉਹ ਛੋਟੇ ਆਪਣਾ ਪੈਸੇ ਛੋਟੇ ਮੁੰਡੇ ਨੂੰ ਪੈਸੇ ਪੜਾ ਆ ਗਿਆ ਕਬੱਡੀ ਪਾਉਣ ਵਾਸਤੇ ਮੀਆਂ ਅਨਸ ਆ ਮੀਆਂ ਬਰਾਦਰੀ ਦਾ ਸ਼ੇਰ ਮੀਆਂ ਤੇਰਾ 500 ਰੁਪਈਆ ਮੀਆਂ ਜ਼ਬੈਰ ਸਾਹਿਬ ਵੱਲੋਂ ਬਰਾਦਰੀ ਦੇ ਪ੍ਰਧਾਨਾਂ ਕੋਲੋਂ ਵੀ ਇਨਾਮ ਲੈਣਾ ਅੰਨਾ ਪਾਕ ਤੇਰੇ ਅੱਬੂ ਨੂੰ ਜਨਤਾ ਦੇ ਵਿੱਚ ਆਲਾ ਮੁਕਾਮ ਦੇਵੇ ਆ ਮੀਆਂ ਅਨਸ ਮੀਆਂ ਆਬਦ ਸਾਹਿਬ ਤੋਂ ਵੀ ਆਪਣਾ ਮੀਆਂ ਜ਼ਬੈਰ ਸਾਹਿਬ ਚੌਧਰੀ ਲਾਲੇ ਸ਼ਬਾਦ ਝੰਡੇ ਵੱਲੋਂ ਅਕਰਮ ਨਾਰੇ ਵੱਲੋਂ ਭਾਈ ਨਵਾਜ਼ ਕਸਾਈ ਵੱਲੋਂ ਤੇਰੇ ਵਾਸਤੇ ਇਨਾਮ ਅੱਪੜ ਗਿਆ ਅੱਗੋ ਗੁਜਰ ਅੱਗੋ ਗਿਆ ਲਓ ਪੁਆਇੰਟ ਸਟਾਫ ਪਲੇਟ ਦੇ ਖਾਤੇ ਜੁੜ ਚੁੱਕਾ ਹੈ ਅਗਲੀ ਰੇਡ ਪਾਉਣ ਵਾਸਤੇ ਆ ਮੁੰਡਾ ਮੇਰਾ ਖਿਆਲ ਹੈ ਰਜਪੂਤਾ ਵਾ ਜੋ ਅਗਲੀ ਕਬੱਡੀ ਪਾਏਗਾ ਪਰ ਸਾਹਮਣੇ ਪਰਿਆਰ ਕਬੱਡੀ ਕਲੱਬ ਹੈ ਔਰ ਹਾਫਜ਼ ਦੀਨ ਜੋ ਦੁਬਈ ਦੇ ਵਿੱਚ ਬੈਠਾ ਹੋਇਆ ਨਜ਼ਾਰੇ ਤੱਕ ਰਿਹਾ ਹੈ ਔਰ ਸਾਡੀ ਅੱਜ ਦੇ ਇਸ ਟੂਰਨਾਮੈਂਟ ਦੀ ਜੋ 338 ਦੀ ਟੀਮ ਸੱਦੀ ਹੈ ਮੀਆਂ ਆਸਫ ਸਾਹਿਬ ਉਹਨਾਂ ਦਾ ਵੀ ਦਿਲੋਂ ਧੰਨਵਾਦ ਹੈ ਪਰ ਪੱਟਾਂ ਵੇ ਥਾਪੀਆਂ ਹਾਏ ਪੱਟਾਂ ਵੇ ਥਾਪੀਆਂ ਅਗਲੀ ਰੇਤ ਨਮਾਨ ਭੱਟ ਦੀ ਜੋ ਮੋਟੇ ਟਾਲੀਆਂ ਵਰਗੇ ਭੱਟ ਆਇਆ ਮੁੰਡਾ ਨਮਾਨ ਭੱਟ ਜੋ ਉਸਤਾਦ ਦਰੀਸ ਭੱਟ ਦਾ ਪੁੱਤ ਪੁਆਇੰਟ ਜੋੜਦਾ ਹੋਇਆ ਆਪਣੀ ਟੀਮ ਦੇ ਖਾਤੇ ਔਰ ਕਾਲੋ ਯੂਟਿਊਬ ਚੈਨਲ ਦੇ ਉੱਤੇ ਇੱਕ ਰੇਡ ਇੱਕ ਜੱਫਾ ਕੈਮਰੇ ਦੀ ਅੱਖ ਦੇ ਵਿੱਚ ਕੈਦ ਹੋ ਰਿਹਾ ਹੈ ਜੋ ਲਾਈਫ ਤੱਕ ਦੇ ਹੋਏ ਦੀ ਆ ਰਹੇ ਜੋ ਇੰਡੀਆ ਕੈਨੇਡਾ ਨਿਊਜ਼ੀਲੈਂਡ ਦੇ ਵਿੱਚ
ਸ਼ਮਸ਼ੇਰ ਜੀ ਰੰਧਾਵੇ ਦਾ ਤੇ ਹੋ ਗਿਆ ਹਾਫ ਟਾਈਮ ਹੈ। ਹਾਫ ਟਾਈਮ ਤੇ ਸਕੋਰ ਹੋ ਗਿਆ ਸ਼ੇਜੀ ਇੱਧਰ ਆ ਪੋਤੇ 25 ਪੁਆਇੰਟ ਆ ਜੀ ਹਰੀਪੁਰ ਦੇ ਤੇ 9 ਪੁਆਇੰਟ ਆ ਨਵੇਂ ਲਾਹੌਰ ਦੇ 25-9 ਇੱਧਰ ਆ ਸ਼ੇਜੀ ਰੰਧਾਵਿਆ ਚੌਰੀ ਗੁਲਾਮ ਨਬੀ ਨਾ ਸ਼ੇਜੀ ਰੰਧਾਵਾ ਜੀ ਆ ਕੇ ਆਪਣਾ ਨਾਮ ਚੌਰੀ ਗੁਲਾਮ ਨਬੀ ਨਾ ਰਿਆ ਲੋ ਤੇਰੇ ਵਾਸਤੇ ਫਿਰ ਇੱਕ ਵਾਰੀ 1000 ਰੁਪਇਆ ਇਹ ਭਾਈ ਖਾਵਰ ਰੰਧਾਵੇ ਨਾਲ ਗੂੜਾ ਹੀ ਪਿਆਰ ਆ ਭਾਈ ਗੁਲਾਮ ਨਬੀ ਦੇ ਨਾਰੇ ਦਾ ਸ਼ੇਜੀ ਰੰਧਾਵੇ ਵਾਸਤੇ ਫਿਰ ਇੱਕ ਵਾਰੀ 1000 ਰੁਪਇਆ। ਓ ਬਹਿ ਜਾ ਪੁੱਤ ਮੈਂ ਤੇਰੀ ਅੰਮੀ ਆ ਕਦੀ ਮੇਰੇ ਅੱਗੇ ਕਦੀ ਪਿੱਛੇ ਬਹਿ ਜਾ। 97 ਕੰਗਾ ਰਾਣੇ ਕਾਸ਼ੀ ਖਾਂ ਦਾ ਮੁੰਡਾ ਸ਼ਗਿਰ ਦਾ 97 ਕੰਗਾ ਪਿੰਡ ਦਾ ਮੁੰਡੇ ਦਾ ਸ਼ਾਹਕੋਟੋ ਜੜਾਵੇ ਰੋਡ ਤੇ 93 ਪੁਲ ਤੋਂ 1.5 ਕਿਲੋਮੀਟਰ ਤੇ ਪਿੰਡ ਹੈ। ਅੱਗੋਂ ਲੱਗਾ ਮੁੰਡਾ ਨਵੇਂ ਲਾਹੌਰ ਵਾਲਾ ਨਵਾਂ ਲਾਹੌਰ ਤੇ ਤਹਿਸੀਲ ਜੜਾਵਾਲਾ ਜੜਾਵਾਲੇ ਵਾਲਾ ਮੀਆਂ ਅਨਸ ਹੈ ਤੇ ਜਾਫੀ ਆ ਮੁੰਡਾ ਨਵੇਂ ਲਾਹੌਰ ਵਾਲਾ ਹਸਨੈਨ ਹਸਨੈਨ ਤੇ ਮਲਕ ਮੀਆਂ ਅਨਸ ਹਸਨੈਨ ਤੇ ਮੀਆਂ ਅਨਸ ਨੰਬਰ ਹੋ ਗਿਆ ਜੀ ਮੀਆਂ ਅਨਸ ਦਾ। ਅਨਸ ਇੱਧਰ ਆ ਪੁੱਤਰਾ ਏ ਆ ਜਿਹੜਾ ਸਾਡੇ ਚੌਧਰੀ ਸਦੀਕ ਪ੍ਰਿੰਸ ਬਾਪ ਵਾਲੇ ਚੌਧਰੀ ਨਵੀ ਕੰਬੋ ਇਟਲੀ ਵਾਲੇ ਲੋਦਰਲੇ ਪਾਸੇ ਰੇਡ ਪਾਉਣ ਵਾਸਤੇ ਆ ਮੁੰਡਾ ਸਲਮਾਨ ਕਸਾਈ ਲੋ ਛੋਟੀ ਉਮਰ ਦਾ ਖਿਡਾਰੀ ਹੈ ਪਰ ਸਾਹਮਣੇ ਇੰਗਲੈਂਡ ਦੀ ਢਾਈ ਚੱਲਦੀ ਹੋਈ ਦੋ ਖਿਡਾਰੀਆਂ ਦਰਮਿਆਨ ਕਰਾਉਣੀ ਪੈਂਦੀ ਆ ਮੀਆਂ ਜ਼ਬੈਰ ਸਾਹਿਬ ਭਾਈ ਨਵਾਜ਼ ਕਸਾਈ ਪੱਲਾ ਖਰਚ ਕੇ ਵੱਡਾ ਨਾਂ ਬਣਾਇਆ ਜਨਾਬ ਸਦੀਕ ਪ੍ਰਿੰਸ ਤੇ ਨਵੀਦ ਕੰਬੋ ਇਟਲੀ ਵਾਲਾ ਤੇ ਸਾਡਾ ਲੱਜ ਪਾਲ ਏਮਨਾਬਾਦ ਬਰਫੀ ਵਾਲੇ ਚੌਧਰੀ ਅਬੂ ਅਬੈਦਾ ਉੱਧਰ ਦੇ ਯਾਰਾ ਮੀਆਂ ਅਨਸ
ਮੀਆਂ ਅਨਸ ਤੇ ਹਸਨੈਣ, ਮੀਆਂ ਅਨਸ ਇੱਕ ਵਾਰੀ ਫੇਰ 97 ਕੰਗਾਲਾ, ਮੀਆਂ 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 ਤੇਰੀ ਬਰਾਦਰੀ ਪ੍ਰਮੋਟ ਕਰਦੀ ਆ ਪੁੱਤਰਾ ਇਸ ਟੂਰਨਾਮੈਂਟ ਨੂੰ। ਨੰਬਰ ਮੀਏ ਅਨਸ ਦਾ ਨੰਬਰ ਹੋ ਗਿਆ ਮੀਏ ਅਨਸ ਦਾ। ਲਓ ਮੀਆਂ ਅਨਸ ਆ ਕੇ ਆਪਣਾ ਨਾਮ ਲੈ ਲੈ ਮੀਆਂ ਅਨਸ ਸਾਹਿਬ ਏਮਰਾਬਾਦ ਬਰਫੀ ਸੂਟ ਵਾਲੇ ਉਹਨਾਂ ਵੱਲੋਂ ਬਈ ਨਾਮ ਲੈ ਲੈ ਬਣਾ ਕੇ ਲੋਰਲੇ ਪਾਸੇ ਅਗਲੀ ਰੇਡ ਔਰ ਸ਼ਾਦਾ ਘੋੜਾ ਕਬੱਡੀ ਪਾਉਣ ਵਾਸਤੇ ਕੇਵਲ ਵਧਿਆ ਹੈ ਲੋ ਪਾਕਿਸਤਾਨ ਆਰਮੀ ਔਰ ਉਸਤਾਦ ਦਾ ਨਾਮ ਮਾਰ ਸਹੀਦ ਔਰ ਪਿੰਡ ਹੈ 338 ਨਵਾਂ ਲਾਹੌਰ ਪਰ ਸਾਹਮਣੇ ਲੋ ਕੈਮਰਾ ਨਿਕਾਲੀ ਡਕਲਨ ਵੀ ਕਰਦਾ ਹੈ ਭਾਈ ਪਰ ਸਾਰਾ ਜਿਹੜਾ ਪੁਆਇੰਟ ਜੋੜਦਾ ਹੈ ਆਪਣੀ ਟੀਮ ਦੇ ਖਾਤੇ ਅਗਲੀ ਰੇਡ ਲੋ ਇਸਦੇ ਖੇਡ ਮੈਦਾਨ ਦੇ ਵਿੱਚ ਆ ਮੁੰਡਾ ਵੀ ਚੱਟਪੜੀ ਮਾਰਦਾ ਹੈ ਜੋ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਹੈ ਨਹੀਂ 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 ਰਾਣਾ ਦਾਊਦ ਹੈ ਲੋ ਰਾਣਾ ਕਬੱਡੀ ਤੁਸੀਂ ਰਾਣਾ ਦਾਊਦ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਹੈ ਤੁਸੀਂ ਆਪਣੇ ਰੰਗ ਦੇ ਨਾਂ ਦੇ ਬੱਲੇ ਨੂੰ ਜੱਟ ਹੀ ਕਹਿਣਾ ਫਿਰ ਰਾਣਾ ਵਾ ਰਾਣਾ ਦਾਊਦ ਹੈ ਹਾਂਜੀ ਉਹ ਰਾਣਾ ਨੰਬਰ ਹੋ ਗਿਆ ਰਾਣੇ ਦਾਊਦ ਦਾ ਰਾਜਾ ਸ਼ਬਾਨ ਸਾਊਦੀ ਅਰਬ ਦੇ ਵਿੱਚ ਸਾਡੇ ਵਾਲੇ ਨੌਧਿਆਂ ਦੀ ਧਰਤੀ ਦਾ ਸ਼ੇਰ ਪੁੱਤ ਰਾਜਾ ਸ਼ਬਾਨ ਨੌਧਿਆਂ ਵਾਲਾ ਮੇਰੇ ਵਾਸਤੇ 2000 ਰੁਪਈਆ ਬਤੌਰ ਅਨਾਊਂਸਰ ਮੁਹੱਬਤਾਂ ਦਾ ਸ਼ੁਕਰੀਆ ਨਮਾਲ ਬੱਟ ਗੋਗਿਆ ਆ ਚੌਰੀ ਸਦੀਕ ਪ੍ਰਿੰਸ ਵੱਲੋਂ ਲਾਲੇ ਸ਼ਬਾਨ ਚੰਡੇ ਵੱਲੋਂ ਮੁਹੱਬਤਾਂ ਆਏ ਹਾਏ ਇਹਨੂੰ ਹੱਥ ਹੀ ਨਹੀਂ ਪੈਂਦਾ ਜੇ ਇਹਨੂੰ ਜੱਫਾ ਕਰਨਾ ਤੇ 15 ਤੇ ਫੋਨ ਕਰਨਾ ਪੈਣਾ ਪੁੱਤ ਇਹਨੂੰ ਫੜਨ ਵਾਸਤੇ ਨੰਬਰ ਹੋ ਗਿਆ ਨਮਾਨ ਬੱਟ ਦਾ ਕਬੱਡੀ ਪਾਊਗਾ ਸ਼ੇਰ ਦੀ ਰੰਧਾਵਾ ਪਿੱਤਲ ਕਦੀ ਨਹੀਂ ਚਮਕਦਾ ਸੋਨੇ ਦੇ ਵਾਂਗੂ ਉਹ ਗਿੱਦੜਾਂ ਨੇ ਕੀ ਬੜਕਣਾ ਸ਼ੇਰਾਂ ਦੇ ਵਾਂਗੂ ਉਹ ਡੱਡੂਆਂ ਤੋਂ ਨਹੀਂ ਮਿਟਣੀਆਂ ਸੱਪਾਂ ਦੀਆਂ ਲੀਕਾਂ ਕਾਵਾਂ ਤੋਂ ਨਹੀਂ ਹੋਣੀਆਂ ਹੰਸਾਂ ਦੀਆਂ ਰੀਸਾਂ ਕਾਵਾਂ ਤੋਂ ਨਹੀਂ ਹੋਣੀਆਂ ਹੰਸਾਂ ਦੀਆਂ ਰੀਸਾਂ ਸ਼ੇਰ ਜੀ ਰੰਧਾਵਾ ਆ ਦੇਖ ਜਿਹੜਾ ਮੁੰਡਾ ਕਾਬੂ ਕਰ ਗਿਆ ਜੀ ਰੰਧਾਵੇ ਨੂੰ ਨੰਬਰ ਹੋ ਗਿਆ ਅਲੀ ਦਾ ਅਲੀ ਪਰੋਇਆ ਨਵੇਂ ਲਾਹੌਰ ਵਾਲਾ ਅਲੀ ਪਰੋਇਆ ਅਗਲੀਆਂ ਟੀਮਾਂ ਨਹੀਂ ਆਈਆਂ ਭਾਜੀ ਅਗਲੀਆਂ ਟੀਮਾਂ ਆਓ ਬਰਾਏ ਮਿਹਰਬਾਨੀ ਅਗਲੀਆਂ ਟੀਮਾਂ ਆਓ ਲਓ ਅਗਲੀਆਂ ਟੀਮਾਂ ਜ਼ਰੂਰ ਆ ਜਾਣ ਗਰਾਊਂਡ ਦੇ ਵਿੱਚ ਲਓ ਅਗਲੀ ਰੇਡ ਆਓ ਸਾਡੇ ਘੋੜੇ ਦੀ ਕਬੱਡੀ ਪਿਆਰੀ ਹੈ ਪਰ ਸਾਹਮਣੇ ਚਾਰੋ ਜਾਫੀ ਪਿਆਰ ਪਰ ਪਿਆਰ ਔਰ ਮੀਆਂ ਅਮਰ ਸਾਹਿਬ ਕੀ ਕਰਦੇ ਹੁਣ ਸਿਆਰੇ ਗੱਲਾਂ ਆਓ ਕਦੇ ਵੀ ਧੱਕੀਏ ਨਾ ਤੇ ਪੈ ਜਾਵੇ ਜੇ ਲੋੜ ਯਾਰਾਂ ਤੋਂ ਪਾਸਾ ਵੱਟੀਏ ਨਾ ਤੇ ਘਰ ਵਾਲੀ ਦਾ ਪਿਆਰ ਕਦੇ ਨਾ ਵੰਡੀਏ ਹੋਰਾਂ ਨੂੰ ਆਓ ਧੀਆਂ ਭੈਣਾਂ ਸਾਂਝੀਆਂ ਮਾਜ਼ਰਨ ਅੱਜ ਤੋਂ ਬਾਅਦ ਤੁਸੀਂ ਇਹ ਸ਼ੇਰ ਨਹੀਂ ਪੜਨਾ ਇਹ ਹਿੰਦੂਆਂ ਦਾ ਸ਼ੇਰ ਹੈ ਸਰਕਾਰ ਨੇ ਸਫੈਦ ਰੰਗ ਪਸੰਦ ਫਰਮਾਇਆ ਆ ਗਿਆ ਕਬੱਡੀ ਪਾਉਣ ਵਾਸਤੇ ਰਾਣਾ ਨਮਾਨ ਸਫਦਰ ਚੱਲ ਵੀ ਰਾਜਪੂਤਾ ਪਾ ਕਬੱਡੀ ਰਾਣੇ ਨਮਾਨ ਸਫਦਰ ਦੀ ਕਬੱਡੀ ਨਵੇਂ ਲਾਹੌਰ ਦਾ ਕਿਹੜਾ ਮੁੰਡਾ ਰਾਹ ਡੱਕੂਗਾ ਆ ਨਵੇਂ ਲਾਹੌਰ ਜਾ ਲੱਗਾਈ ਰਾਣੇ ਨਮਾਨ ਨੂੰ ਕਿਹੜੇ ਡੱਕਣਾ ਇਹ ਆ ਸ਼ੇਰ ਪੰਜਾਬੀ ਝੂਮਦਾ ਪੈਂਦਾ ਪਾਉਂਦਾ ਜਾਵੇ ਮਾਮੇ ਖੜੇ ਦੀਆਂ ਚੁੱਕ ਕੇ ਮਾਣ ਕਰਦੇ ਆ ਭਾਈ ਨਵਾਜ਼ ਕਸਾਈ ਤੇ ਗੋਗਾ ਨਵਾਨ ਇੱਧਰ ਆ ਪੁੱਤਰਾ ਓਏ ਇੱਧਰ ਆ ਬੱਚੇ ਇੱਧਰ ਆ ਫਿਰ ਕਰ ਲਈਏ ਕੰਮ ਆ ਜਾ ਬਈ ਆ ਜਾ ਕੇ ਨੀ ਅਮਰ ਸਾਹਿਬ ਕੋ ਆਪਣਾ ਨਾਮ ਲੈ ਲੈ ਪਰ 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 ਸਾਹਮਣੇ ਆਓ ਕੈਮਰਾ ਨਿਕਾਲੀ ਕਰਦਾ ਹੈ ਭਾਈ ਲੋ ਇਸ ਵੇ ਖੇਡ ਮੈਦਾਨ ਦੇ ਵਿੱਚ ਮਗਲਾਂ ਭਰੀਆਂ ਹੋਈਆਂ ਉਹ ਲੱਗਦੇ ਹੋਈਏ ਆਓ ਸਵਾਦ ਹੈ ਕਬੱਡੀ ਦਾ ਲੋ ਜਵੇਦ ਕਾਲਾ ਅੰਕ ਦਾ ਵਾਅਦਾ ਕਰਦਾ ਹੈ ਅਗਲੀ ਰੇਤ ਆਓ ਸ਼ੇਰ ਦੀ ਰੰਧਾਵਾ ਕਬੱਡੀ ਪਾਉਣ ਵਾਸਤੇ ਆ ਮੁੰਡਾ ਵੀ ਜੱਟ ਪਰਿਵਾਰ ਦਾ ਪਰ ਸਾਹਮਣੇ
ਦੇ ਵਿੱਚ ਸਦਾ ਹੈ ਅੱਗ। ਔਰ 214 ਟੁੱਡੀ ਵਾਲੇ ਦੀ ਟੀਮ ਗਰਾਊਂਡ ਵਿੱਚ ਪੁੱਜ ਗਈ ਹੈ ਔਰ ਮੱਦੇ ਮੁਕਾਬਲੇ ਜਿਹੜੀ ਟੀਮ ਆ ਵੀ ਜ਼ਰੂਰ ਗਰਾਊਂਡ ਵਿੱਚ ਆ ਜਾਵੇ। ਅਗਲੀ ਰੇਸ ਆਓ ਸਾਧ ਮਹਿਬੂਬ ਗੁੱਜਰ ਦੀ ਤਿਆਰ ਕੀਤੀ ਹੋਈ ਟੀਮ ਲੋ ਇਸ ਸਮੇਂ ਖੇਡ ਮੈਦਾਨ ਵਿੱਚ ਪੁੱਜ ਗਈ ਹੈ ਔਰ ਬਾ ਮੁਕਾਬਲੇ ਵਾਸਤੇ ਟੀਮ ਜਿਹੜੀ ਸ਼ਹਾਦਾ ਜੀ ਟੀਮ ਜ਼ਰੂਰ ਗਰਾਊਂਡ ਵਿੱਚ ਛੱਡ ਲਈਏ। ਔਰ ਸਨੀਕ ਪ੍ਰਿੰਸ ਭਰਾ ਬਾਪਦਾ ਵਾਲਾ ਮੀਆਂ ਆਬਦ ਸਾਹਿਬ ਸੋ ਸਾਰੇ ਭਰਾਵਾਂ ਦਾ ਦਿਲੋਂ ਧੰਨਵਾਦ ਹੈ, ਬਹੁਤ ਜ਼ਿਆਦਾ ਥੈਂਕ ਯੂ ਹੈ। ਅਗਲੀ ਰੇਸ ਔਰ ਰਜਪੂਤਾਂ ਦੇ ਪੁੱਤ ਦੀ ਲੋ ਰਾਣਾ ਦਾਊਦ ਕਬੱਡੀ ਪਾਉਂਦਾ ਹੋਇਆ ਪਰ ਸਾਹਮਣੇ ਚਾਰੋ ਜਾਤੀ ਤਿਆਰ ਪਰ ਤਿਆਰ ਲੋ ਚਹੰਦ ਵਿੱਚੋਂ ਕਿਤਨਾ ਹੁੰਦੀ ਟੱਕਰ ਇੱਕ ਪਾਸੇ ਨੀਮ ਟੋਕਾ ਪਰ ਸਾਹਮਣੇ ਆ ਮੁੰਡਾ ਅਮਰ ਸ਼ਕੀਲ ਵਿਦੇਸ਼ ਜਿਹੜਾ ਸੀ ਗਿਰ ਰਹੇ ਉਹ ਪਿੰਡ ਹੈ ਉਣੰਜਾ ਮੁੰਡਾ ਪਿੰਡ ਲੋ ਹਸਨੈਨ ਮੰਨਾ ਪੁਆਇੰਟ ਜੋੜਦਾ ਹੋਇਆ ਪ੍ਰੋਫੈਸਰ ਸ਼ਰਾਬਰ ਸਾਹਿਬ ਦੇ ਵੀ ਸਲਾਹ ਹੈ ਲੋ ਅੰਕ ਸਟਾਫ ਲੈਣ ਦੇ ਖਾਤੇ ਜੋੜਦਾ ਹੈ ਲੋ ਸ਼ਾਨਦਾਰ ਅੱਜ ਦਾ ਵਾਦਾ ਕਰ ਬਹੁਤ ਸ਼ੁਕਰੀਆ ਸਾਡੇ ਇਮਨਾਬਾਦ ਬਰਫੀ ਵਾਲੇ ਲਾਜਪਾਲ ਆਸਮ ਮਹਿਰ ਦਾ ਵੀਰ ਸਾਜਦ ਮਹਿਰ ਦਾ ਵੀਰ ਆਬਦ ਮਹਿਰ ਹੈ ਸਾਡੇ ਸਟੇਜ ਦੀ ਸੀਨਤ ਬਣਿਆ ਹੋਇਆ ਸਾਡਾ ਲਾਜਪਾਲ ਪ੍ਰਧਾਨ ਹੈ ਦੇਖ ਜਰਾ ਕਬੱਡੀ ਤੇ ਆ ਗਿਆ ਨਮਾਨ ਬੱਟ ਚੱਲ ਬੱਟਾ ਆ ਬੱਟ ਨੂੰ ਡੱਕਣ ਲਈ ਰਾਜਪੂਤਾਂ ਦਾ ਪੁੱਟ ਕੰਨੀਆਂ ਮੱਲੀ ਖੜੇ ਆ ਰਾਣਾ ਕਾਮਰਾਨ ਲਗਾਈ ਰਾਣਾ ਕਾਮਰਾਨ ਪਿੰਡ ਦਾ ਮੁੰਡੇ ਦਾ ਦਸ ਚੱਕ ਤਲਾਲ ਚੌਧਰੀ ਦਾ ਪਿੰਡ ਪੈਣ ਚੱਕ ਉਹਦੇ ਨਾਲ ਦਾ ਪਿੰਡ ਦਸ ਚੱਕ ਮੀਆਂ ਸ਼ਾਨ ਨਾਮ ਕਾਜਾਲੇ ਦਾ ਮੁੰਡਾ ਸ਼ਿਕਰ ਦਾ ਹਾਏ ਹਾਏ ਲੇਕਿਨ ਬੱਟ ਭਾਈ ਜੱਟ ਕਬੱਡੀ ਖੇਡਦੇ ਨੇ ਉਹ ਕੱਢ ਛੱਡਦੇ ਨੇ ਵੱਟ ਕਬੱਡੀ ਖੇਡਦੇ ਨੇ ਤੇ ਗੁੱਜਰ ਮਹਿਰ ਰਾਣੇ ਸਾਰੇ ਜੀ ਉਹ ਦੱਸੋ ਕਿਹੜੇ ਘੱਟ ਕਬੱਡੀ ਖੇਡਦੇ ਨੇ ਇਹ ਪੰਜਾਬ ਦੇ ਖੇਡਾਂ ਦੀ ਰਾਣੀ ਰਹਿਮਾਨੀ ਤੇਲੀ ਵੱਟ ਕਬੱਡੀ ਖੇਡਦੇ ਨੇ ਆ ਗਿਆ ਮੁੰਡਾ ਰੰਧਾਵਿਆਂ ਦਾ ਸ਼ੇਜੀ ਰੰਧਾਵਾ ਬਹੁਤ ਸ਼ੁਕਰੀਆ ਜਨਾਬ ਇਮਨਾਬਾਦ ਬਰਫੀ ਵੱਲੋਂ ਸਾਡੇ ਵਾਸਤੇ ਵੀ ਮਠਿਆਈਆਂ ਦੇ ਟੋਕਰੇ ਬਹੁਤ ਸ਼ੁਕਰੀਆ ਮੁਹੱਬਤਾਂ ਦਾ ਸ਼ੇਜੀ ਰੰਧਾਵਾ ਮਲਕ ਸੁਲੇਮਾਨ ਆ ਗਿਆ ਸਾਦੇ ਘੋੜੇ ਦੀ ਪਰ ਸਾਹਮਣੇ ਮੁੰਡਾ ਡਕਲੇਅਰ ਨਹੀਂ ਕਰਦਾ ਹੋਇਆ ਧਰਾਈ ਲੋ ਸਾਰਾ ਘੋੜਾ ਅੰਕ ਜੋੜ ਰਿਹਾ ਆਪਣੀ ਟੀਮ ਦੇ ਖਾਤੇ ਲੋ ਮੈਚ ਸਮਾਪਤ ਹੋ ਚੁੱਕਿਆ।